ਸਸੀ ਗੱਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਅਲੱਗ-ਅਲੱਗ ਵੈਕੈਂਸੀਸ ਦੇ ਲਈ ਨੋਟੀਫਿਕੇਸ਼ਨ ਜਿਹੜਾ ਜੀ ਰਿਲੀਜ਼ ਕੀਤਾ ਗਿਆ ਹੈ ਇਸ ਦੇ ਵਿੱਚ ਇੱਕ ਹੀ ਡਿਪਾਰਟਮੈਂਟ ਵੱਲੋਂ ਅਲੱਗ-ਅਲੱਗ ਨੋਟੀਫਿਕੇਸ਼ਨ ਜਿਹੜੇ ਨੇ ਜੀ ਉਹ ਆਊਟ ਕੀਤੇ ਗਏ ਨੇ ਕਿਹੜੀਆਂ ਵੈਕੈਂਸੀਸ ਨੇ ਅੱਗੇ ਤੁਹਾਨੂੰ ਦੱਸਾਂਗਾ ਹੈਲਪਰ ਟੀਚਿੰਗ ਅਸਿਸਟੈਂਟ ਦੀਆਂ ਆਫੀਸਿਸ ਅਸਿਸਟੈਂਟ ਜਾਂ ਡਰਾਈਵਰ ਦੀ ਤੇ ਹੋਰ ਕਈ ਵੈਕੈਂਸੀਸ ਜਿਹ ਕਈ ਹੋਰ ਪੋਸਟਾਂ ਜਿਹੜੇ 27 ਤੇ 28 ਤਰੀਕ ਤੱਕ ਤੁਸੀਂ ਆਰਾਮ ਨਾਲ ਅਪਲਾਈ ਕਰ ਸਕਦੇ ਹੋ ਸੋ ਮੈਂ ਤੁਹਾਡੇ ਲਈ ਸਾਰੀਆਂ ਹੀ ਪੋਸਟਾਂ ਦੇ ਲਈ ਜਿਹੜੇ ਨੋਟੀਫਿਕੇਸ਼ਨ ਨੇ ਉਹ ਲੈ ਕੇ ਆਇਆ ਸੋ ਤੁਸੀਂ ਜਰੂਰ ਜੁੜੇ ਰਹਿਣਾ ਸਾਡੇ ਨਾਲ ਸਾਰੀਆਂ ਜੌਬ ਰਿਲੇਟਡ ਅਪਡੇਟਸ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਨਾਲ ਦੀ ਨਾਲ ਇਹਨਾਂ ਅਪਡੇਟਸ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਵੀ ਚੈੱਕ ਕਰ ਸਕਦੇ ਹੋ ਜਿਹਦੇ ਲਈ ਤੁਸੀਂ ਸਿੰਪਲੀ ਕੀ ਕਰਨਾ ਹੈ Google ਤੇ ਜਾਣਾ ਹੈ ਤੇ ਉੱਥੇ ਜਾ ਕੇ ਟਾਈਪ ਕਰਨਾ ਹੈ ਜੀ meetacademy.xyz ਤੇ ਫਸਟ ਨੰਬਰ ਦਾ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਲੈ ਚੱਲਦੇ ਰਿਕਰੂਟਮੈਂਟ ਅਪਡੇਟ ਤੇ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ ਸਭ ਤੋਂ ਪਹਿਲੀ ਪੋਸਟ ਦੀ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਇਹਦੇ ਵਿੱਚ ਪਹਿਲੀ ਪੋਸਟ ਜਿਹੜੀ ਆਊਟ ਕੀਤੀ ਗਈ ਹੈ ਜੂਨੀਅਰ ਫੀਲਡ ਤੇ ਲੈਬ ਹੈਲਪਰ ਦੀ ਜਿਹੜੀ ਵੈਕੈਂਸੀ ਹੈ ਜੀ ਉਹ ਆਊਟ ਕੀਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਨੇ ਇਹ ਲੁਧਿਆਣਾ ਵੱਲੋਂ ਇਹ ਜਿਹੜੀ ਜੀ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਇਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਜੀ ਫਿਕਸ ਤੁਹਾਨੂੰ ਦਿੱਤੀ ਜਾਏਗੀ 9193 ਪਰ ਮਨთ ਪਲਸ ESI ਤੇ EPF ਵੀ ਜਿਹੜਾ ਤੁਹਾਡਾ ਹੋਏਗਾ ਜੀ ਇਸ ਦੇ ਵਿੱਚ ਜਿਹੜੇ ਕੈਂਡੀਡੇਟ ਜਿਨ੍ਹਾਂ ਦੀ ਏਜ 18 ਤੋਂ 63 ਸਾਲ ਹੈ ਤੇ ਉਹਨਾਂ ਨੇ ਮਿਡਲ ਪੰਜਾਬੀ ਦੇ ਨਾਲ ਪਾਸ ਕੀਤੀ ਹੋਈ ਹੈ ਤਾਂ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਪ੍ਰੇਫਰੈਂਸ ਉਹਨਾਂ ਕੈਂਡੀਡੇਟਸ ਨੂੰ ਦਿੱਤੀ ਜਾਏਗੀ ਜਿਹੜੇ ਕੈਂਡੀਡੇਟ ਨੂੰ ਆਲਰੇਡੀ ਵਰਕਿੰਗ ਐਕਸਪੀਰੀਅੰਸ ਹੈਗਾ ਐਜ਼ ਅ ਡੀਪੀਐਲ ਠੀਕ ਹੈ ਜੀ ਕਿਸੇ ਵੀ ਰਿਸਪੈਕਟਿਵ ਫੀਲਡ ਦੇ ਵਿੱਚ ਚਾਹੇ ਪੀਯੂ ਵੱਲੋਂ ਹੋਵੇ ਚਾਹੇ ਨਾਰਮਲ ਹੋਵੇ ਤੁਸੀਂ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹਦੇ ਲਈ ਤੁਸੀਂ ਐਪਲੀਕੇਸ਼ਨ ਫੀ 100 ਰੁਪੀਏ ਜਿਹੜੇ ਨੇ ਉਹ ਪੇ ਕਰਨੇ ਨੇ ਜੋ ਕਿ ਕੰਟਰੋਲਰ ਪੀਯੂ ਲੁਧਿਆਣਾ ਵੱਲੋਂ ਤੁਸੀਂ ਪੇਬਲ ਹੋਵੋਗੇ ਤੇ ਉੱਥੇ ਪੇ ਕਰੋਗੇ 8/7/2022 ਇਹਦੀ ਐਪਲੀਕੇਸ਼ਨ ਦੀ ਲਾਸਟ ਡੇਟ ਹੈ ਤੁਸੀਂ ਆਪਣਾ ਇੱਕ ਸੀਵੀ ਤਿਆਰ ਕਰਕੇ ਸਾਰੀ ਡਿਟੇਲ ਉਸ ਚ ਮੈਂਸ਼ਨ ਕਰਕੇ ਤੁਸੀਂ ਇੱਥੇ ਦੇਣੀ ਹੋਏਗੀ ਤੇ ਜਿਹੜੇ ਕੈਂਡੀਡੇਟ ਜਿਹੜੇ ਨੇ ਉਹ ਅਪਲੀਕੈਂਟ ਜਿਹੜੇ ਅਪੀਅਰ ਹੋਣਗੇ ਸਿਲੈਕਸ਼ਨ ਕਮ ਤਤ ਨੂੰ ਹੋਏਗੀ ਉਹਦੇ ਲਈ ਤੁਸੀਂ ਆਪਣੀ ਈਮੇਲ ਆਈਡੀ ਤੇ ਮੋਬਾਈਲ ਨੰਬਰ ਕਰੈਕਟ ਦੇਣਾ ਹੈ ਤਾਂ ਕਿ ਤੁਹਾਨੂੰ ਉੱਤੇ ਇਨਫੋਰਮ ਵੀ ਕੀਤਾ ਜਾ ਸਕੇ ਹੁਣ ਅਸੀਂ ਗੱਲ ਕਰ ਲੈਨੇ ਸੈਕੰਡ ਪੋਸਟ ਦੇ ਬਾਰੇ ਵਿੱਚ ਇਹ ਸੈਕੰਡ ਪੋਸਟ ਜਿਹੜੀ ਆਊਟ ਕੀਤੀ ਗਈ ਹੈ ਜੀ ਇਹ ਆਊਟ ਕੀਤੀ ਗਈ ਹੈ ਜਿਹੜੀ ਕਿ ਟੀਚਿੰਗ ਅਸਿਸਟੈਂਟ ਦੀ ਹੈ ਜਿਹਦੇ ਵਿੱਚ ਕੰਪਿਊਟਰ ਸਾਇੰਸ ਦੇ ਲਈ ਕੌਂਟਰੈਕਟ ਬੇਸਿਸ ਤੇ 25000 ਪਰ ਮੰਥ ਸੈਲਰੀ ਦੇ ਉੱਪਰ ਰੱਖਿਆ ਜਾਏਗਾ ਠੀਕ ਹੈ ਜੀ ਇਸ ਦੇ ਵਿੱਚ ਟੀਚਿੰਗ ਅਸਿਸਟੈਂਟ ਦੀ ਵੈਕੈਂਸੀ ਹੈ ਠੀਕ ਹੈ ਜੀ ਤੁਹਾਨੂੰ ਜਿੱਦਾਂ ਕਿ ਪਹਿਲਾਂ ਮੈਂ ਦੱਸਿਆ ਤੁਹਾਨੂੰ ਜਿਹੜੀ ਵੀ ਫੰਕਸ਼ਨ ਦੇ ਉੱਤੇ ਕੰਮ ਦਿੱਤੇ ਜਾਣਗੇ ਤੁਹਾਨੂੰ ਕਰਨੇ ਪੈਣਗੇ ਜਿੱਦਾਂ ਕਿ ਟੀਚਿੰਗ ਦੇ ਰਿਲੇਟਿਡ ਹੋਣਗੇ ਜਿੰਨਾ ਕੈਂਡੀਡੇਟ ਨੇ ਬੀਈ ਬੀਟੈਕ ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਫਿਰ ਕੰਪਿਊਟਰ ਇੰਜੀਨੀਅਰਿੰਗ ਜਾਂ ਕੰਪਿਊਟਰ ਇ ਟੈਕਨੋਲੋਜੀ ਕੰਪਿਊਟਰ ਸਾਇੰਸ ਐਂਡ ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਇਨਫੋਰਮੇਸ਼ਨ ਇੰਜੀਨੀਅਰਿੰਗ ਜਾਂ ਇਨਫੋਰਮੇਸ਼ਨ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਜਾਂ ਇਨਫੋਰਮੇਸ਼ਨ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਇੰਜੀਨੀਅਰਿੰਗ ਦੇ ਵਿੱਚ ਜਾਂ ਜਿਨ੍ਹਾਂ ਨੇ ਐਮਈਐਮਟੇ ਕੀਤੀ ਹੋਈ ਹੈ ਸੇਮ ਰੈਲੇਵੈਂਟ ਫੀਲਡ ਦੇ ਵਿੱਚ ਉਵੀ ਇਹਦੇ ਲਈ ਅਪਲਾਈ ਹੋ ਕਰ ਸਕਦੇ ਐਟ ਲੀਸਟ 60% ਮਾਰਕਸ ਦੇ ਨਾਲ ਤੁਹਾਡੀ ਜਿਹੜੀ ਬੈਚਲਵਲ ਲੈਵਲ ਜਿਹੜੀ ਹੈ ਜੀ 65% ਮਾਰਕਸ ਦੇ ਨਾਲ ਹੋਣੀ ਜ਼ਰੂਰੀ ਹੋਏਗੀ ਸੋ ਤੁਸੀਂ ਜਿਹੜੀ میٹرਿਕ ਤੁਹਾਡਾ ਸਰਟੀਫਿਕੇਟ ਪੰਜਾਬੀ ਸਬਜੈਕਟ ਦੇ ਨਾਲ ਹੋਣਾ ਜ਼ਰੂਰੀ ਹੋਏਗਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸਾਰੇ ਕੈਂਡੀਡੇਟ ਕੁਆਲਿਫਿਕੇਸ਼ਨ ਫਿਲ ਕਰਦੇ ਨੇ ਤਾਂ ਉਹ ਪਲੇਨ ਪੇਪਰ ਦੇ ਉੱਪਰ ਕੰਪਲੀਟ ਡੀਟੇਲ ਆਪਣੀ ਜਿਹੜੀ ਹੈ ਜੀ ਐਟੈਸਟਡ ਕਾਪੀ ਤੁਹਾਡੇ ਸਾਰੇ ਜਿਹੜੇ ਵੀ ਡਾਕੂਮੈਂਟ ਹੋਣਗੇ ਉਹ ਨਾਲ ਪਲੱਸ 200 ਰੁਪਏ ਬੈਂਕ ਡਰਾਫਟ ਜਿਹੜਾ ਤੁਸੀ ਉਹ ਪੇ ਕਰਨਾ ਹੋਏਗਾ ਅਪਲੀਕੇਸ਼ਨ ਫੀ ਓਨਰ ਡਾਇਰੈਕਟਰ ਰੀਜ ਸਨੋકરી ਪਲ ਪੋਸਟ ਆਫਿਸ ਤਕਰਲਾ اور ਤਹਿਸੀਲ ਬਲਾਚੌਰ ਨੂੰ ਪੇ ਕਰਨੀ ਹੋਏਗੀ ਐਸਬੀਐਸ ਨਗਰ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ ਇਸੇ ਦੇ ਨਾਲ ਤੁਹਾਨੂੰ ਦੱਸਣਾ ਚਾਹਵਾਂਗਾ ਇਹ ਨੋਟੀਫਿਕੇਸ਼ਨ ਪੀਏਯੂ ਵੱਲੋਂ ਜਾਰੀ ਕੀਤਾ ਗਿਆ ਹੈ ਥਰਡ ਨੋਟੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਨੈਕਸਟ ਪੋਸਟ ਜਿਹੜੀ ਹੈ ਜੀ ਦੋ ਆਫਿਸ ਅਸਿਸਟੈਂਟ ਦੀ ਵੈਕੈਂਸੀ ਨੇ ਜਿਹਦੇ ਲਈ ਤੁਹਾਡੀ 11902 ਪਰ ਮਨ ਸੈਲਰੀ ਜਿਹੜੀ ਹੈ ਜੀ ਰਹਿਣ ਵਾਲੀ ਹੈ ਇਹਦੇ ਵਿੱਚ ਦੋ ਅਲੱਗ-ਅਲੱਗ ਜਗ੍ਹਾ ਤੇ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਜਿਹਨਾਂ ਕੈਂਡੀਡੇਟ ਨੇ ਬੈਚਲਰ ਡਿਗਰੀ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਤੇ ਇੱਕ 120 ਘੰਟੇ ਦਾ ਕੋਰਸ ਕੰਪਿਊਟਰ ਜਿਹੜਾ ਕੀ ਕੀਤਾ ਹੋਇਆ ਔਰ ਉਹਨੂੰ ਨੌਲੇਜ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਦੀ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜਾਂ ਫਿਰ ਓ ਲੈਵਲ ਸਰਟੀਫਿਕੇਟ ਹੈਗਾ ਔਰ ਇਹ ਤਾਂ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਰਿਟਨ ਟੈਸਟ ਹੋਏਗਾ 80 ਮਾਰਕਸ ਦਾ ਜਿਹੜਾ ਕਿ OMR ਸ਼ੀਟ ਦੇ ਉੱਪਰ ਹੋਏਗਾ ਰਿਟਨ ਟੈਸਟ ਜਿਹੜਾ ਇਹ ਉਹ ਮਲਟੀਪਲ ਚੁਆਇਸ ਕੁਸ਼ਨ ਦੇ ਵਿੱਚ ਪੰਜਾਬੀ ਇੰਗਲਿਸ਼ ਅਰਿਥਮੈਟਿਕ ਜਿਹੜੇ ਕਿ ਮੈਟ੍ਰਿਕ ਸਟੈਂਡਰਡ ਲੈਵਲ ਦੇ ਹੋਣਗੇ ਗੁੱਡ ਨੌਲੇਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਠੀਕ ਹੈ ਜੀ 20 ਮਾਰਕਸ ਉਹਦੇ ਹੋਣਗੇ ਸੋ ਜਨਰਲ ਨੌਲੇਜ ਅਗਰ ਤੁਹਾਨੂੰ ਹੈਗੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਔਰ ਬਾਕੀ ਕੋਈ ਵੀ ਡਿਟੇਲ ਹੈ ਤੁਸੀਂ ਇੱਥੇ ਚੈੱਕ ਕਰ ਹੀ ਸਕਦੇ ਹੋ ਉਹਨਾਂ ਨੇ ਹਰ ਇੱਕ ਡਿਟੇਲ ਦਿੱਤੀ ਹੋਈ ਹੈ ਚ ਔਰ ਇਹਦੀ ਲਾਸਟ ਡੇਟ ਅਪਲਾਈ ਕਰਨ ਦੀ 15/7/2022 ਹੈਗੀ ਹੈ ਜੀ ਜੋ ਕਿ ਇਹ ਫਾਰਮੈਟ ਇਹਨਾਂ ਨੇ ਦਿੱਤਾ ਹੀ ਹੋਇਆ ਹੋਇਆ ਤੁਸੀਂ ਇੱਥੇ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਫਾਰਮੈਟ ਦਾ ਅਲੱਗ ਤੋਂ ਲਿੰਕ ਵੀ ਦੇ ਦਵਾਂਗਾ ਤੁਸੀਂ ਇੱਥੇ ਵੀ ਵੈਸੇ ਇਹ ਤੁਸੀਂ ਦੇਖ ਪਾ ਰਹੇ ਹੋ ਨੋਟੀਫਿਕੇਸ਼ਨ ਦੇ ਨਾਲ ਹੀ ਉਹਨਾਂ ਨੇ ਅਪਲੀਕੇਸ਼ਨ ਫਾਰਮ ਦਿੱਤਾ ਹੈ ਇਹਨੂੰ ਤੁਸੀਂ ਪੂਰਾ ਡਾਊਨਲੋਡ ਕਰ ਲੈਣਾ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਸ਼ੇਅਰ ਕਰ ਦੇਣਾ 15/7/2022 ਤੋਂ ਪਹਿਲ ਪਹਿਲੋ ਇੱਥੇ ਕੋਈ ਅਪਲੀਕੇਸ਼ਨ ਫੀ ਨਹੀਂ ਮੰਗੀ ਗਈ ਉਹ ਕਿਤੇ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਹੋਈ ਹੈ ਸੋ ਤੁਸੀਂ ਜ਼ਰੂਰ ਅਪਲਾਈ ਕਰਨਾ ਜੀ ਇਹ ਪੀਏਯੂ ਵੱਲੋਂ ਆਊ ਨੈਕਸਟ ਪੁਆਇੰਟ ਦੀ ਗੱਲ ਕਰਾਂ ਤਾਂ ਜੀਪ ਆਪਰੇਟਰ ਦੀ ਵੈਕੈਂਸੀ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ ਪਲੱਸ 2 ਵਾਲੇ ਕੈਂਡੀਡੇਟ ਇਹਦੇ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਵੈਲਿਡ ਕਾਰ ਜੀਪ ਡਰਾਈਵਿੰਗ ਲਾਇਸੈਂਸ ਹੈਗਾ ਹੈ ਗਵਰਨਮੈਂਟ ਅਥਾਰਟੀ ਵੱਲੋਂ ਤਾਂ ਉਹ ਦੇ ਲਈ ਅਪਲਾਈ ਕਰ ਸਕਦੇ ਨੇ ਵੈਸੇ ਜਿਨੇ ਵੀ ਡਰਾਈਵਿੰਗ ਲਾਇਸੈਂਸ ਹੁੰਦੇ ਨੇ ਜੀ ਗਵਰਨਮੈਂਟ ਵੱਲੋਂ ਹੀ ਹੁੰਦੇ ਨੇ ਸੋ ਅਲੱਗ ਤੋਂ ਕੋਈ ਲਾਇਸੈਂਸ ਤੁਹਾਨੂੰ ਰਿਕੁਆਇਰਡ ਨਹੀਂ ਹੋਏਗਾ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਨੋਲੇਜ ਆਫ ਪੰਜਾਬੀ میٹرਿਕ ਦਾ ਲੈਵਲ ਤੱਕ ਤੁਹਾਨੂੰ ਪੰਜਾਬੀ ਦੀ ਨੋਲੇਜ ਹੋਣੀ ਜ਼ਰੂਰੀ ਹੈ ਏਜ ਲਿਮਿਟ ਜਿਹੜੀ ਹੈ ਜੀ ਉਨਾਂ ਨੇ ਮੰਗਿਆ ਹੋਇਆ ਸੋ ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਇਹਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਪਲੇਨ ਪੇਪਰ ਤੇ ਆਪਣੀ ਸਾਰੀ ਡਿਟੇਲ ਭਰਨੀ ਹੈ ਜੋ ਕਿ ਨਾਲ ਲਿਖਿਆ ਹੋਇਆ ਨੇਮ ਐਡਰੈਸ ਮੋਬਾਈਲ ਨੰਬਰ ਏਜ ਐਜੂਕੇਸ਼ਨ ਕੁਆਲੀਫਿਕੇਸ਼ਨ ਐਕਸਪੀਰੀਅੰਸ ਇਟਸੈਟਾ ਤੇ ਪਾਸਪੋਰਟ ਸਾਈ ਫੋਟੋਗ੍ਰਾਫ ਤੁਹਾਡੇ 셀ਫ ਟੈਸਟਡ ਕਾਪੀ ਨਾਲ ਤੁਸੀਂ ਡਿਮਾਂਡ ਡਰਾ 100 ਰੁਪਏ ਜਿਹੜਾ ਪੇ ਕਰਨਾ ਹੈ ਕੰਟਰੋਲਰ ਪੀ ਲੁ ਦਿਾਨਾ ਨੂੰ ਜੋ ਕਿ ਆਫਿਸ ਵਿੱਚ ਕਰੋਗੇ 15/7/2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਡਿਊ ਡੇਟ ਹੈਗੀ ਹੈ ਜੀ ਔਰ ਇਹਦੇ ਲਈ ਤੁਸੀਂ ਜ਼ਰੂਰ ਅਪਲਾਈ ਕਰਨਾ ਕਿਉਂਕਿ ਕਾਫੀ ਸਾਰੇ ਕੈਂਡੀਡੇਟਸ ਲਈ ਐਲੀਜੀਬਲ ਹੋਣ ਵਾਲੇ ਨੇ ਇਹ ਨੋਟੀਫਿਕੇਸ਼ਨ PAU ਲੁਧਿਆਣਾ ਵੱਲੋਂ ਆਊਟ ਕੀਤਾ ਗਿਆ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ-ਨਵੇਂ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਸੋ ਜੁੜੇ ਰਹਿਣਾ ਸਾਡੇ ਨਾਲ ਸਾਰੇ ਅਪਡੇਟਸ ਦੇ ਲਈ ਮੈਂ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿੱਤੇ ਨੇ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ ਮਿਲਾਂਗਾ ਜੀ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ